ਕਿੰਦੇ ਮਨ ਚ ਜੇ ਚਾਹ ਹੋਵੇ ਨਾ ਤਾਂ ਨਰਕ ਦਿਖਣ ਵਾਲੀ ਜਗਾ ਵੀ ਸਵਰਗ ਬਣਾ ਦਿੱਤੀ ਜਾਂਦੀ ਆ ਆ ਤੁਸੀਂ ਤਸਵੀਰਾਂ ਦੇਖੋ ਇੱਕ ਵਾਰ ਇਹ ਵੇਖ ਕੇ ਲੱਗਦਾ ਨਾ ਕਿ ਕਿਥੇ ਸਵਰਗ ਦੇ ਵਿੱਚ ਆ ਗਏ ਹੁੰਦੇ ਆ ਆ ਖਜੂਰ ਜਿਹੜੇ ਪੇੜ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਇਹ ਕੋਈ ਤੁਸੀਂ ਸ਼ਿਮਲਾ ਵਰਗੀ ਜਾਂ ਬਾਹਰਲੇ ਮੁਲਕਾ ਵਰਗੀ ਥਾਂ ਦੇ ਵਿੱਚ ਦੇਖੀ ਹੋਣੀ ਪਰ ਇਹ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਦਾਂ ਇਹ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਹੈ ਔਰ ਇਹ ਨੁਹਾਰ ਬਦਲੀ ਵੀ ਕਿਸ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਜਿੱਥੇ ਨੌਜਵਾਨ ਉਡਾਰੀ ਮਾਰ ਰਹੇ ਨੇ ਵਿਦੇਸ਼ਾਂ ਵੱਲ ਨੂੰ ਤੇ ਕੁਝ ਨੌਜਵਾਨ ਅਜਿਹੇ ਵੀ ਨੇ ਜਸਪ੍ਰਿਤ ਸਿੰਘ ਵਰਗੇ ਜੋ ਆਪਣੇ ਪਿੰਡ ਦੇ ਵਿੱਚ ਹੀ ਰਹਿ ਕੇ ਪਿੰਡ ਨੂੰ ਸੋਹਣਾ ਬਣਾਉਣ ਤੇ ਲੱਗੇ ਹੋਏ ਨੇ ਸਵਰਗ ਬਣਾਉਣ ਤੇ ਲੱਗੇ ਹੋਏ ਨੇ ਜਸਪ੍ਰਿਤ ਅੱਜ ਅਸੀਂ ਪਿੰਡ ਦੀ ਜਦੋਂ ਫੇਰੀ ਲਈ ਗੇੜਾ ਮਾਰਿਆ ਪਿੰਡ ਦੇ ਵਿੱਚ ਤਾਂ ਐਦਾਂ ਲੱਗਾ ਕਿ ਜਿੱਦਾਂ ਪਿੰਡ ਹੈ ਹੀ ਨਹੀਂ ਔਰ ਇਹ ਬਹੁਤ ਮਨ ਲੈ ਯੂਨੀਕ ਦੀ ਜਗ੍ਹਾ ਆਪਣੇ ਆਪ ਦੇ ਵਿੱਚ ਸਾਨੂੰ ਮਹਿਸੂਸ ਹੋਈ ਇੰਟਰਲੋਕਿੰਗ ਵਾਲੀ ਟਾਈਲਸ ਗਲੀਆਂ ਬਣੀਆਂ ਹੋਈਆਂ ਨੇ ਪਾਣੀ ਵਾਲਾ ਸਿਸਟਮ ਦੇਖ ਕੇ ਤਾਂ ਮੈਂ ਕਹਿੰਨੀ ਆ ਬਾਰੇ ਨਹਿਰੇ ਹੋਗੇ ਬਹੁਤ ਸੋਹਣਾ ਸਿਸਟਮ ਤੁਸੀਂ ਉਹ ਲਗਾਇਆ ਜਸਪ੍ਰਿਤ ਨੂੰ ਬਾਹਰ ਰਹਿਣ ਦਾ ਵੀ ਮੌਕਾ ਮਿਲ ਰਿਹਾ ਸੀ ਪਿੰਡ ਦੇ ਵਿੱਚ ਸਰਪੰਚੀ ਹੀ ਕਿਉਂ ਚੂਜ਼ ਕੀਤੀ ਮੈਡਮ ਐਕਚੁਅਲੀ ਮੈਨੂੰ ਫਸਟ ਡੇ ਤੋਂ ਹੀ ਸ਼ੌਂਕ ਸੀ ਕਿ ਮੈਂ ਆਪਣੇ ਪਿੰਡ ਦੀ ਸੇਵਾ ਕਰਾਂ ਹੂੰ ਬਾਹਰ ਜਾਣ ਨੂੰ ਮੈਂ ਜੇ ਜਾਣਾ ਚਾਹੁੰਦਾ ਤੇ ਮੈਂ 2013 ਚ ਮੈਨੂੰ ਜਪਾਨ ਗਵਰਨਮੈਂਟ ਵੱਲੋਂ ਆਫਰ ਸੀ ਕਿ ਤੁਸੀਂ ਇੱਥੇ ਰਹੋ ਤਾਨੂੰ ਆਪਾਂ ਵਰਕ ਪਰਮਟ ਦਿੰਦੇ ਆ ਤੁਸੀਂ ਇੱਥੇ ਜੋਬ ਕਰੋ ਐਨ ਜੀਓ ਦੇ ਵਿੱਚ ਬਟ ਮੈਂ ਉਸ ਚੀਜ਼ ਨੂੰ ਪ੍ਰੇਫਰ ਨਹੀਂ ਕੀਤਾ ਕਿਉਂਕਿ ਮੇਰਾ ਸ਼ੁਰੂ ਤੋਂ ਲगाव ਜਿਹੜਾ ਐਨ ਜੀਓਜ਼ ਨਾਲ ਸੀ ਨੌਜਵਾਨਾਂ ਦੇ ਨਾਲ ਸੀ ਫਿਰ ਮੈਂ ਪੱਤਰਕਾਰਤਾ ਵੀ ਕੀਤੀ ਮੈਂ ਅਜੀਤ ਦੇ ਵਿੱਚ ਪੱਤਰਕਾਰਤਾ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਨ ਜੀਓ ਚਲਾਈ ਫਿਰ ਮੈਂ ਪੋਲੀਟੀਕਲ ਲਾਈਨ 'ਚ ਆ ਗਿਆ ਫਿਰ ਮੈਨੂੰ ਸ਼ੌਂਕ ਸੀ ਕਿ ਮੈਂ ਪਿੰਡ ਦਾ ਸਰਪੰਚ ਬਣਾ ਅੱਛਾ ਕਈ ਵਾਰ ਹੁੰਦਾ ਨਾ ਪੋਲੀਟਿਕਸ ਦੇ ਵਿੱਚ ਬੰਦਾ ਇਸ ਕਰਕੇ ਜਾਂਦਾ ਹੁੰਦਾ ਕਿਉਂਕਿ ਮੈਨੂੰ ਵਾਵਾ ਬੰਦੇ ਜਾਣਦੇ ਨੇ ਤੇ ਮੇਰੀ ਟਾਰ ਹੋਊਗੀ ਕਿ ਭਈ ਮੈਂ ਸਰਪੰਚ ਹੁਣਾਵਾ ਟੌਰ ਮੈਮ ਵੇਖੋ ਮੈਨੂੰ 2009 ਦੇ ਵਿੱਚ ਨੈਸ਼ਨਲ ਅਵਾਰਡ ਮਿਲ ਗਿਆ ਹਮ ਸਭ ਤੋਂ ਪੰਜਾਬ ਦੀ ਛੋਟੀ ਉਮਰ ਦਾ ਮੈਂ ਨੌਜਵਾਨੀ ਹੀ 22 ਸਾਲ ਦਾ ਹਮ ਠੀਕ ਆ ਉਦੋਂ ਹੀ ਮਤਲਬ ਪੰਜਾਬ ਚ ਕੀ ਇਲਾਕੇ ਚ ਕੀ ਸਾਰਿਆਂ ਨੂੰ ਪਤਾ ਸੀ ਕਿ ਕੋਈ ਮਤਲਬ ਨੌਜਵਾਨ ਹੈਗਾ ਜਿਹਨੂੰ ਅਚੀਵਮੈਂਟਸ ਮਿਲੀਆਂ ਨੇ ਹਨਾ ਉਸ ਤੋਂ ਬਾਅਦ ਜਿਹੜੀ ਪੱਤਰਕਾਰਤਾ ਉਹਨੇ ਵੀ ਨਾਂ ਬਣਾਤਾ ਹਮ ਫਿਰ ਸਰਪੰਚੀ ਦੇ ਨਾਲ ਫਿਰ ਸਾਰਿਆਂ ਦਾ ਜਿਹੜੀ ਜਾਣ ਪਹਿਚਾਨ ਇੱਕ ਵਧੀਆ ਬਣ ਗਈ ਹਮ ਫਿਰ ਮੇਰੇ ਮਨ ਦਾ ਸ਼ੌਂਕ ਸੀ ਕਿ ਕਿਉਂ ਲੋਕ ਆਉਂਦੇ ਨੇ ਕਿਉਂ ਗੰਦੀਆਂ ਜਗ੍ਹਾਵਾਂ 'ਚ ਲੰਗਦੇ ਨੇ ਤੇ ਸਾਨੂੰ ਇਨਸਲਟ ਫੀਲ ਹੁੰਦੀ ਆ ਕਿ ਆਪਾਂ ਵਧੀਆ ਪਿੰਡ ਬਣਾਈ ਹੈ ਆਪਣਾ ਅਸੀਂ ਜਦੋਂ ਪਿੰਡ ਦੇ ਵਿੱਚੋਂ ਆਪਾਂ ਨਿਕਲ ਰਹੇ ਸੀ ਇਹ ਚੀਜ਼ ਮੈਂ ਦੇਖੀ ਕਿ ਲੋਕਾਂ ਨੇ ਆਪਦੇ ਘਰ ਦੇ ਬਾਹਰ ਜਿਹੜੀ ਇੰਟਰਲੋਕਿੰਗ ਵਾਲੀ ਟਾਈਲ ਹੈ ਖੁਦ ਵੀ ਸਾਫ਼ ਰੱਖੀਆਂ ਹੋਈਆਂ ਨੇ ਔਰ ਤੁਸੀਂ ਮੈਨੂੰ ਦੱਸ ਰਹੀ ਸੀ ਕਿ ਜਦੋਂ ਕਦੇ ਤੁਹਾਨੂੰ ਲੱਗਦਾ ਵੀ ਮੇਰਾ ਪਿੰਡ ਜਿਹੜਾ ਉਹ ਸਾਫ਼ ਸੁਥਰਾ ਨਹੀਂ ਹੈ ਤਾਂ ਤੁਸੀਂ ਆਪ ਹੀ ਨਾਲ ਲੱਗ ਜਾਂਦੇ ਹੋ ਤੇ ਸਫਾਈ ਵੀ ਕਰਾ ਦਿੰਦੇ ਹੋ। ਔਰ ਨਹੀਂ ਇਹ ਮੈਂ ਗੱਲ ਇਸ ਕਰਕੇ ਕਹਿ ਰਹੀ ਹਾਂ ਕਿ ਕਿ ਬੜੇ سارے ਨੌਜਵਾਨ ਇਦਾਂ ਦੇ ਵੀ ਹੁੰਦੇ ਆ ਸੰਗ ਮੰਨਦੇ ਆ ਵੀ ਕੰਮ ਕਰਨ ਦੇ ਵਿੱਚ ਘਰ ਦਾ ਤੇ ਤੁਸੀਂ ਤਾਂ ਪਿੰਡ ਦਾ ਕਰਦੇ ਫਿਰਦੇ। ਮੈਡਮ ਹੁਣ ਮੈਨੂੰ ਪਿੰਡ ਵੀ ਘਰ ਹੀ ਲੱਗਦਾ। ਸੰਗ ਲੱਗਦੀ ਨਹੀਂ ਕਿਉਂਕਿ ਹਰ ਬੰਦੇ ਨਾਲ ਜਿਹੜਾ ਵਾ ਪਿਆਰ ਆ। ਮੇਰੇ ਫਾਦਰ ਸਾਹਿਬ 1993 ਤੋਂ ਚੱਲਦੇ ਆ ਰਹੇ ਸੀ ਸਰਪੰਚ। ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਜੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਘਾਂ ਫਿਰ ਮਿਲ ਗਿਆ ਤੇ ਕਿਉਂਕਿ ਇਹਨਾਂ ਲੋਕਾਂ ਨਾਲ ਬਹੁਤ ਪਿਆਰ ਆ ਜਿਹਦੇ ਵੀ ਘਰੇ ਚਲੇ ਜਾਈ ਉਹ ਆਪਣਾ ਹੀ ਘਰ ਲੱਗਦਾ ਉਹ ਬਿਲਕੁਲ ਦੇਖਣ ਨੂੰ ਵੀ ਮਿਲਦਾ ਹੈ ਕਿ ਜਿੱਦਾਂ ਤੁਸੀਂ ਗਲੀ ਦੇ ਵਿੱਚੋਂ ਨਿਕਲ ਰਹੇ ਸੀ ਸਾਰੇ ਬਹੁਤ ਪਿਆਰ ਦੇ ਨਾਲ ਤੁਹਾਨੂੰ ਮਿਲ ਰਹੇ ਸੀ ਕਿ ਹਾਂ ਪੁੱਤ ਕਰਕੇ ਆ ਗਏ ਬੜਾ ਪਿਆਰ ਮਿਲ ਰਿਹਾ ਸੀ ਔਰ ਕੀ ਇਹੀ ਪਿਆਰ ਤੁਹਾਨੂੰ ਮੋਟੀਵੇਟ ਵੀ ਕਰਦਾ ਹੈ ਕਿ ਹੋਰ ਕੰਮ ਕਰਨਾ ਹੋਰ ਬਿਲਕੁਲ ਮੈਡਮ ਜਦੋਂ ਮੈਂ ਇਹਨਾਂ ਬਜ਼ੁਰਗਾਂ ਨੂੰ ਮਿਲਦਾ ਨਾ ਉਹ ਹਮੇਸ਼ਾ ਮੈਨੂੰ ਪਿਆਰ ਦਿੰਦੇ ਨੇ ਤੇ ਮੇਰਾ ਵੱਧ ਤੋਂ ਵੱਧ ਮਨ ਹੁੰਦਾ ਕਿ ਮੈਂ ਇਹਨਾਂ ਲੋਕਾਂ ਨਾਲ ਟਾਈਮ ਐਕਸਪੈਂਡ ਕਰਾਂ ਤੇ ਦੂਸਰੀ ਗੱਲ ਇਹ ਆ ਵੀ ਮੈਨੂੰ ਸਭ ਤੋਂ ਵੱਧ ਸ਼ੌਂਕ ਸੀ ਆਪਣੇ ਪਿੰਡ ਦੇ ਸਕੂਲ ਨੂੰ ਵਧੀਆ ਬਣਾਉਂਦੀ ਸੋ ਮੈਂ ਕੀਤਾ ਉਸ ਸਕੂਲ ਕਰਕੇ ਤੁਸੀਂ ਮੰਨੋਗੇ ਮੇਰੀ ਅੱਜ ਤੱਕ ਇਨਕੁਆਰੀ ਚੱਲ ਰਹੀ ਹੈ ਕਿਉਂ ਉਹ ਇਸ ਕਰਕੇ ਵੀ ਉਹ ਜਿਹੜੀ ਅੰਦਰ ਗਰਾਊਂਡ ਬਣਾਣੀ ਸੀ ਨਾ ਉਹ ਉਹਦੇ ਪੈਸੇ ਬਾਹਰ ਵਾਸਤੇ ਆਏ ਪਰ ਅੰਦਰ ਇੰਨੇ ਜ਼ਿਆਦਾ ਸਨੇਕਸ ਇੰਨਾ ਜ਼ਿਆਦਾ ਗੰਦ ਸੀ ਫਿਰ ਮੈਂ ਪ੍ਰੇਫਰ ਕੀਤਾ ਆਪਣੇ ਬਲਬੂਤੇ ਤੇ ਮੈਂ ਅੰਦਰ ਬਣਾਤੀ ਮੈਂ ਕਿਹਾ ਜੋ ਹੋਊਗਾ ਵੇਖੀ ਜਾਊਗੇ ਬਟ ਅੱਜ ਉਹੀ ਲੋਕ ਅੱਜ ਉਹੀ ਸਾਰੇ ਉਸ ਚੀਜ਼ ਨੂੰ ਚਲਾਉਂਦੇ ਨੇ ਪਹਿਲਾਂ ਕਿੰਨੇ ਬੱਚੇ ਪੜਦੇ ਸੀ ਤੇ ਹੁਣ ਬੱਚੇ ਵਧੇ ਉੱਥੇ ਪਹਿਲਾਂ ਇੱਥੇ 60 ਦੇ ਕਰੀਬ 70 ਦੇ ਕਰੀਬ ਬੱਚੇ ਸੀ ਹੁਣ 141 ਦੇ ਕਰੀਬ ਹੈ ਮਤਲਬ ਦੁਗਣੀ ਤਿਗਣੀ ਹੋ ਗਏ ਬੱਚਿਆਂ ਦੀ ਤੁਸੀਂ ਆਪਣੇ ਪਹਿਾਵ ਤੇ ਵੀ ਪਤਾ ਕਰ ਸਕਦੇ ਹੋ ਪੂਰਾ ਦੇਰਾਬਾਬਾ ਨਾਨਕ ਬਲਾਕ ਦੇ ਵਿੱਚ ਜੇ ਕੋਈ ਸਭ ਤੋਂ अच्छा स्कूल है तो साडा अर्ली पन दस और किनियां दुआवा मिलदियां होन गया क्योंकि जे बच्चे पढन लाग गए मतलब वो चंगे राह ते टड़पए ने बिल्कुल जी एक्चुअली इथे ਤੁਹਾਨੂੰ ਪਤਾ ਅੱਜਕੱਲ ਜਿਹੜੇ ਲੋਕ ਥੋੜੇ ਤਗੜੇ ਨੇ ਉਹ ਆਪਣੇ ਬੱਚਿਆਂ ਨੂੰ ਬਾਹਰ ਪੜਾਉਣ ਦੀ ਕੋਸ਼ਿਸ਼ ਕਰਦੇ ਨੇ ਇੱਥੇ ਜ਼ਿਆਦਾਤਰ ਆਪਣੇ ਗਰੀਬ ਤਕਵੇ ਦੇ ਲੋਕ ਪੜ੍ਹਦੇ ਨੇ ਪਰ ਟੀਚਰ ਤੇ ਸਟਾਫ ਬਹੁਤ ਅੱਛਾ ਹੈ ਸਕੂਲ ਦਾ ਉਹ ਖੁਦ ਆਪਣੇ ਕੋਲੋਂ ਐਫਰਟਸ ਕਰਕੇ ਬੱਚਿਆਂ ਨੂੰ ਜਿਹੜਾ ਵਾ ਉਹ ਇੱਥੇ ਪੜਾ ਰਹੇ ਨੇ ਹਮ ਅੱਛਾ ਇਹ ਅਰਲੀ ਬੰਦ ਜਿਹੜਾ ਇਲਾਕਾ ਪੈਂਦਾ ਜਿਸ ਜਿਸ ਪਿੰਡ ਦੇ ਵਿੱਚ ਅਸੀਂ ਬੈਠੇ ਆ ਇੱਥੇ ਕ੍ਰਿਸਚੀਅਨਿਟੀ ਮਤਲਬ ਬਹੁਤ ਦੇਖੀ ਜਾਂਦੀ ਹੈ ਅੱਛਾ ਧਰਮ ਦਾ ਬਹੁਤ ਵੱਡਾ ਮੈਨੂੰ ਲੱਗਦਾ ਕਿ ਲੋਕ ਇਸ ਬਾਰੇ ਗੱਲ ਸ਼ਾਇਦ ਉਸ ਤੰਗ ਨਾਲ ਨਹੀਂ ਕਰਦੇ ਪਰ ਬਹੁਤ ਫਰਕ ਪੈਂਦਾ ਹੈ ਵੋਟਾਂ ਤੇ ਵੀ ਪੈਂਦਾ ਔਰ ਦੂਜੇ ਬੰਨਿਓ ਵੀ ਪੈਂਦਾ ਪੰਜਾਬ ਦੇ ਵਿੱਚ ਕਿਉਂਕਿ ਧਰਮ ਨੂੰ ਲੈ ਕੇ ਮੁੱਢ ਤੋਂ ਹੀ ਜਿਹੜੀ ਹੈ ਲੜਾਈਆਂ ਰਾਜਨੀਤੀ ਇਸ ਉੱਤੇ ਬਹੁਤ ਜ਼ਿਆਦਾ ਖੇਡੀ ਜਾਂਦੀ ਹੈ ਸਾਡੇ ਪਿੰਡ ਵੀ ਕ੍ਰਿਸਚੀਅਨਟੀ ਜ਼ਿਆਦਾ ਵਾ ਬਟ ਪਰ ਕਦੀ ਇਸ ਤਰ੍ਹਾਂ ਦਾ ਇਸ਼ੂ ਕ੍ਰੀਏਟ ਨਹੀਂ ਹੋਇਆ ਕਿਉਂਕਿ ਸਾਰੇ ਪ੍ਰੇਮ ਪਿਆਰ ਨਾਲ ਰਹਿੰਦੇ ਨੇ ਸਾਰੇ ਲੋਕ ਗੁਰਦੁਆਰੇ ਵੀ ਜਾਂਦੇ ਆ ਮੈਂ ਖੁਦ ਹਰ ਕਨਵੈਨਸ਼ਨ 'ਚ ਜਾਂਦਾ ਵਾਂ ਉਹਨਾਂ ਦੀਆਂ ਦਿਵਾਵਾਂ ਸਾਡੇ ਨਾਲ ਨੇ ਉਹਨਾਂ ਦੀਆਂ ਪ੍ਰਾਰਥਨਾਵਾਂ 'ਚ ਵੀ ਇਕੱਠੇ ਹੁੰਦੇ ਆ ਉਹ ਵੀ ਸਾਡੇ ਗੁਰਦੁਆਰੇ 'ਚ ਕੀਰਤਨ ਸਮਾਗਮ ਚ ਆਉਂਦੇ ਬਟ ਕੁਝ ਪਿੰਡ ਇਸ ਤਰ੍ਹਾਂ ਦੇ ਹੋਣਗੇ ਪੰਜਾਬ 'ਚ ਜਿੱਥੇ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਸਾਡੇ ਪਿੰਡ 'ਕਦੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜਦੋਂ 22 ਸਾਲ ਦਾ ਜਸਪ੍ਰੀਤ ਜਾਪਾਨ ਗਿਆ ਹਾਂ ਜੀ ਉਹਨੇ ਕੀ ਮਹਿਸੂਸ ਕੀਤਾ ਉੱਥੇ ਜਾ ਕੇ ਮੈਨੂੰ ਉਹਦੋਂ ਐਵੇਂ ਲੱਗਦਾ ਸੀ ਕਿ ਮੈਂ ਬਹੁਤ ਵੱਡੀ ਅਚੀਵਮੈਂਟ ਮਤਲਬ ਜਿਹੜੀ ਹਾਸਲ ਕੀਤੀ ਪਰ ਮੇਰੇ ਵਾਸਤੇ ਉਹ ਖੁਸ਼ੀ ਦਾ ਸਭ ਤੋਂ ਵੱਡਾ ਦਿਨ ਵੀ ਸੀ ਜਦੋਂ ਮੈਨੂੰ 오ਡੀਸਾ ਦੇ ਵਿੱਚ ਭਵਨੇਸ਼ਵਰ ਸਿਟੀ ਚ ਜਦੋਂ ਅਵਾਰਡ ਮਿਲਿਆ ਮੇਰੇ ਬਦਰ ਮੇਰੇ ਨਾਲ ਗਈ ਸੀ ਬਟ ਬੜਾ ਮੈਂ ਮਾਨ ਮਹਿਸੂਸ ਹੋਇਆ ਕਿ ਜਿਹੜਾ ਦੇਣਿਆ ਬਹੁਤ ਕਰਮਾ ਵਾਲਾ ਦੇਣਿਆ ਫਿਰ ਉਸ ਤੋਂ ਬਾਅਦ ਮੈਂ ਚਾਈਨਾ ਵੀ ਗਿਆ ਜਾਪਾਨ ਵੀ ਗਿਆ ਕੋਰੀਆ ਵੀ ਗਿਆ ਕਾਫੀ ਕੰਟਰੀਆਂ ਜਾਣ ਦਾ ਮੌਕਾ ਮਿਲਿਆ ਪਰ ਫਿਰ ਦਿਲ ਇੱਥੇ ਹੀ ਲੱਗਾ ਅਸੀਂ ਜੇ ਤਾਂ ਇੰਨੇ ਸਾਰੇ ਦੇਸ਼ ਘੁੰਮ ਲਏ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਬਿਜ਼ਨਸ ਵੀ ਸ਼ੁਰੂ ਕੀਤਾ ਨਾਲ ਨਾਲ ਛੋਟਾ ਛੋਟਾ ਕਾਰੋਬਾਰ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਹੁਣ ਤੁਸੀਂ ਜਿਹੜੀ ਇਹ ਪੂਰੀ ਪੂਰੀ ਲੱਗੀ ਹੋਈ ਹੈ ਜਿਹੜੀ ਪੀੜ੍ਹੀ ਸਾਨੂੰ ਸੁਣ ਰਹੀ ਹੈ ਜਿਹੜੀ ਪੀੜ੍ਹੀ ਬਾਹਰ ਨੂੰ ਤੂਰੀ ਫਿਰਦੀ ਹੈ ਉਸ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਇੱਥੇ ਜੋੜਿਆ ਜਾ ਸਕਦਾ ਹੈ ਤਾਂ ਕਿ ਉਹ ਉਰੇ ਰਹਿ ਕੇ ਚੰਗੇ ਪੈਸੇ ਕਮਾਵੇ ਕਿਉਂਕਿ ਮਸਲਾ ਸਾਰਾ ਬਾਅਦ ਦੇ ਵਿੱਚ ਪੈਸੇ ਕਮਾਉਂਦਾ ਹੁੰਦਾ ਆ ਆਰਾਮ ਵਾਲੀ ਜ਼ਿੰਦਗੀ ਜਿਹਨੂੰ ਕਹਿੰਦੇ ਲਗਜ਼ਰੀ ਲਾਈਫ ਜੀਣਦਾ ਹੁੰਦਾ ਅਚਨੇ ਮੈਡਮ ਇਹ ਨਾ ਇੱਕ ਜਿਹਨੂੰ ਪੰਜਾਬੀ ਚ ਕਹ ਦਿੰਦੇ ਨੇ ਭੇਟਚਾਲ ਉਹ ਬਣ ਗਈ ਆ ਜਿੱਦਾਂ ਮੰਨ ਲਓ ਮੇਰਾ ਫਰੈਂਡ ਸਰਕਲ ਆ ਤੁਹਾਨੂੰ ਦੱਸਿਆ ਵੀ ਇਹ ਸਾਰੇ ਸਰਪੰਚ ਨੇ ਹੁਣ ਜਦੋਂ 10th ਜਾਂ +2 ਪਾਸ ਕਰਦੇ ਨੇ ਉਹ ਸਾਰੇ ਇੱਕ ਮਨ ਬਣਾ ਲੈਂਦੇ ਮੈਂ ਆਇਲੈਂਸ ਕਰਨੀਆਂ ਤੇ ਮੈਂ ਬਾਹਰ ਚਲੇ ਜਾਣਾ ਮੇਰਾ ਦੋਸਤ ਚਲਾ ਗਿਆ ਮੈਂ ਵੀ ਚਲੇ ਜਾਣਾ ਜਿੰਨਾ ਤੱਕ ਇਹਨਾਂ ਦੇ ਮਾਪੇ ਮਾਪੇ ਜਾਂ ਉਹਨਾਂ ਦੇ ਕੋਈ ਵੱਡੇ-ਵਡੇਰੇ ਉਹਨਾਂ ਨੂੰ ਇਹ ਗੱਲ ਨੇ ਸਮਝਾਉਣਗੇ ਵੀ ਤੁਸੀਂ ਇੱਥੇ ਬਿਜ਼ਨਸ ਕਰੋ ਇੱਥੇ ਕੋਈ ਕਮੀ ਨਹੀਂ ਹੈਗੀ ਬਟ ਦਿਮਾਗ ਦੇ ਨਾਲ ਕੋਈ ਨਾ ਕੋਈ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰ ਲਓ ਲੋਕਾਂ ਦੀਆਂ ਜ਼ਮੀਨਾਂ ਵਿਹਲੀਆਂ ਪਈਆਂ ਤੁਸੀਂ ਮੇਰੇ ਇੱਥੇ ਦੇਖ ਲਓ ਅੱਠ-10 ਘਰ ਇਦਾਂ ਦੇ ਹੋਣੇ ਜਿੱਥੇ ਕੱਲੇ ਬਜ਼ੁਰਗ ਰਹੇ ਨੇ ਸਾਰੇ ਬੱਚੇ ਜਿਹੜੇ ਮੂਵ ਕਰ ਗਏ ਨੇ ਹਾਂ ਹਾਲਾਤ ਆਉਣ ਵਾਲੇ ਸਮੇਂ ਦੇ ਮਾੜੇ ਨੇ ਬਥੇਰਾ ਮੋਟਿਵ ਕਰੀਦਾ ਵਾ ਮੈਂ ਖੁਦ ਜਾਣਾ ਚਾਹਾਂ ਸਾਡੇ ਆਪਣੇ ਬੱਚੇ ਵੀ ਕੈਨੇਡਾ ਹੀ ਬਟ ਉਹ ਵੀ ਹੌਲੀ-ਹੌਲੀ ਉਹਨਾਂ ਇੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਹਮ ਇੱਥੇ ਕਿਵੇਂ ਜੋੜੇ ਜੋੜਿਆ ਕਿਵੇਂ ਜਾਵੇ ਉਰੇ ਜੇ ਬੱਚਿਆਂ ਨੂੰ ਜਾਂ ਯੰਗ ਜਨਰੇਸ਼ਨ ਨੂੰ ਰੱਖਣਾ ਇਤਾਂ ਮੈਡਮ ਪਿੰਡ ਪੱਦਰ ਤੇ ਨਹੀਂ ਕਹਿ ਸਕਦੇ ਤੇ ਸਰਕਾਰ ਨੂੰ ਵੀ ਕੋਈ ਇਸ ਤਰ੍ਹਾਂ ਦੇ ਵਸੀਲੇ ਕਰਨੇ ਚਾਹੀਦੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਛੋਟੇ-ਛੋਟੇ ਬਿਜ਼ਨਸ ਜਿਹੜੇ ਨੇ ਉਹਨਾਂ ਵੱਲ ਮੈਂ ਜਾਪਾਨ ਗਿਆ ਤਾਂ ਉਨ੍ਹਾ ਜਾਪਾਨ ਦੀ ਗੱਲ ਰਸਤਾ ਉੱਥੇ ਉਸ ਸਰਕਾਰ ਨੇ ਹਰ ਘਰ ਦੇ ਵਿੱਚ ਇੱਕ ਛੋਟਾ ਸੰਤੀ ਮਤਲਬ ਕਾਰੋਬਾਰ ਜਿਹੜਾ ਖੋਲ ਕੇ ਦਿੱਤਾ ਆ ਕਿਸੇ ਨੂੰ ਫੁੱਟਬਾਲ ਸਿਨ ਲਈ ਕਿਸੇ ਨੂੰ ਕੱਪੜੇ ਕਿਸੇ ਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਕੋ ਮੈਂ ਐਸਐਮਈ ਤੇ ਗਿਆ ਸੀ ਸਮਾਲ ਮੀਡੀਅਮ ਇੰਡਸਟਰੀ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਉਹਨਾਂ ਚੀਜ਼ਾਂ ਨੂੰ ਜਦੋਂ ਉਹ ਮਤਲਬ ਉਹਨਾਂ ਨੂੰ ਦੇ ਦਿੰਦੇ ਆਰਡਰ ਦੇ ਦਿੰਦੇ ਆ ਹਫਤੇ ਬਾਅਦ ਕਲੈਕਟ ਕਰਦੇ ਹਫਤੇ ਬਾਅਦ ਉਹਨਾਂ ਨੂੰ ਪੇਮੈਂਟ ਆ ਜਾਂਦੀ ਕੋਈ ਗਵਰਨਮੈਂਟ ਜੌਬ ਨਹੀਂ ਕਰਦਾ ਉੱਥੇ ਸਾਰੇ ਆਪਣੇ ਘਰਾਂ 'ਚ ਹੀ ਕੰਮ ਕਰਦੇ ਨੇ ਨਹੀਂ ਤੇ ਇੱਥੇ ਤਾਂ ਸਰਕਾਰ ਨੂੰ ਹੀ ਮੈਨੇ ਮਿਲਦੇ ਨੇ ਭਾਈ ਸਰਕਾਰ ਨੇ ਸਾਨੂੰ ਨੌਕਰੀ ਨਹੀਂ ਦਿੱਤੀ ਸਰਕਾਰ ਨੇ ਉਹ ਚੀਜ਼ਾਂ ਨੂੰ ਡਿਵਾਈਡਿਸ਼ਨ ਕੀਤੀ ਹੋਈ ਨਾ ਵੀ ਇਸ ਸਟੇਟ ਨੂੰ ਆਹ ਕੰਮ ਦਿੱਤਾ ਹੂੰ ਇਸ ਸਟੇਟ ਨੂੰ ਆਹ ਕੰਮ ਦਿੱਤਾ ਕਿ ਤੇ ਮਤਲਬ ਜ਼ਿਆਦਾਤਰ ਜਿਸ ਤਰ੍ਹਾਂ ਉੱਥੇ ਕਹਿ ਦਿੰਦੇ ਆਪਾਂ ਸ਼ਿਪਿੰਗ ਲਾਈਨ ਦਾ ਕੰਮ ਆ ਜਿਆਦਾ ਜਾਂ ਉੱਥੇ ਸਭ ਤੋਂ ਵੱਧ ਕੰਮ ਜਿਹੜਾ ਹੈਗਾ ਵਾ ਘੜੀਆਂ ਜਾਂ ਫੋਨ ਦਾ ਸਰ ਹਰ ਘਰ ਚ ਕੁਛ ਨਾ ਕੁਛ ਬਣ ਰਿਆ ਉੱਥੇ ਹੂੰ ਮਤਲਬ ਉਹਨਾਂ ਨੇ ਘਰ ਘਰ ਦੇ ਵਿੱਚ ਬਿਜ਼ਨਸ ਦਿੱਤੇ ਹੋਏ ਨੇ ਛੋਟੇ ਜਿਹਨੂੰ ਐਸਐਮਈ ਕਹਿੰਦੇ ਨੇ ਸਮਾਲ ਬਿਜ਼ਨਸ ਜਿਹੜੇ ਨੇ ਉਹ ਕਰ ਰਹੇ ਨੇ ਉਹ ਹੂੰ ਜਿਸ ਵੇਲੇ ਜਿਹੜਾ ਤੁਸੀਂ ਪਾਣੀ ਵਾਲਾ ਸਿਸਟਮ ਲਾਇਆ ਸੀਗਾ ਉਹਦਾ ਤੁਹਾਨੂੰ ਆਈਡੀਆ ਕਿਸ ਨੇ ਦਿੱਤਾ ਔਰ ਇਹ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇਹ ਸਿਸਟਮ ਲਾਣਾ ਇਹ ਜੀ ਮੇਰੇ ਦੋਸਤ ਨੇ ਸੈਨੀਟੇਸ਼ਨ ਡਿਪਾਰਟਮੈਂਟ ਚ ਹੂੰ ਉਹੀ ਆਏ ਮੇਰੇ ਕੋ ਮੇਰਾ ਉਹਨਾਂ ਦਾ ਪਿਆਰ ਬੜਾ ਵਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਨਾ ਪੂਰੇ ਬਲਾਕ ਚ ਤਿੰਨ ਕ ਪਿੰਡਾਂ ਦਾ ਪ੍ਰੋਜੈਕਟ ਆਇਆ ਤਾਂ ਆਪਾਂ ਲਾ ਦਈਏ ਉਹਦੇ ਵਾਸਤੇ ਥੋੜੇ ਜਿਿਹੇ ਪੈਸੇ ਮੇਰੇ ਖਲ ਜਮਾ ਹੋਣੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਮੈਂਟਰ ਨਾਲ ਲਾਓ ਮੇਰੇ ਪਿੰਡ ਦੀ ਤੇ ਸਿਲੈਕਸ਼ਨ ਕਰੋ ਹੀ ਕਰੋ ਨਾ ਫਿਰ ਉਹ ਬੜੀ ਜਦੋਜਾਦ ਦੇ ਨਾਲ ਉਹ ਮਨਜੀਤ ਸਿੰਘ ਦੇ ਮੂੜੇ ਆਪਣਾ ਦੋਸਤ ਵੀ ਆ ਢੇਸੀਆਂ ਤੋਂ ਉਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਮੈਨੂੰ ਦਿਵਾਇਆ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਤੇ ਵਾਟਰ ਸਪਲਾਈ ਨੇ ਵੀ ਕਾਫੀ ਸਹਿਯੋਗ ਦਿੱਤਾ ਫਿਰ ਮੈਂ ਆਪ ਖੁਦ ਕਾਫੀ ਗੇ ਫਿਰ ਜਾ ਕੇ ਜਿਹੜੀ ਆ ਸਹੂਲਤ ਲੋਕਾਂ ਨੂੰ ਮਿਲੀ ਬਹੁਤ ਚੰਗਾ ਲੱਗਾ ਜੱਸਪੇ ਤੁਹਾਡੇ ਪਿੰਡ ਦੇ ਵਿੱਚ ਆ ਕੇ ਔਰ ਐਵੇਂ ਜੀ ਸੋਚ ਜਿਹਨੋ ਨੌਜਵਾਨਾਂ ਦੇ ਵਿੱਚ ਹੈ ਮੈਨੂੰ ਲੱਗਦਾ ਕਿ ਪਿੰਡ ਦਾ ਵਿਕਾਸ ਵੀ ਹੁੰਦਾ ਰਹੇਗਾ ਔਰ ਨੌਜਵਾਨ ਪੀੜੀ ਜੇ ਬਾਹਰ ਨੂੰ ਤੁਰੇ ਫਿਰਦੀ ਜੱਥੀ ਰਹੇਗੀ ਤਾਂ ਪੰਜਾਬ ਮੈਨੂੰ ਲੱਗਦਾ ਹੈ ਕਿ ਇੰਡੀਆ ਦਾ ਟੌਪ ਮੋਸਟ ਸਟੇਟ ਤਾਂ ਬਣੀ ਜਾਏਗਾ ਕਾਫੀ ਫਰਕ ਪੈ ਰਿਹਾ ਇਸ ਸਾਲ वैसे काफी ਜਿਹੜਾ ਗ੍ਰਾਫ ਹੈ ਥੱਲੇ ਆਇਆ ਬੱਚਿਆਂ ਦੇ ਮਨਾਂ 'ਚ ਥੋੜੀ ਜਿਹੀ ਕਰਤਨ ਪੈਦਾ ਹੋਈ ਹੈ ਕਿ ਬਾਹਰ ਵੀ ਜਾ ਕੇ ਸਟਰਗਲ ਕਰਨੀ ਪੈ ਰਹੀ ਆ ਕਿਉਂ ਨਾ ਆਪਾਂ ਇੱਥੇ ਵੀ ਥੋੜਾ ਜਿਹਾ ਕੰਮ ਕਰੀਏ ਹੂੰ ਬਹੁਤ ਬਹੁਤ ਧੰਨਵਾਦ ਜਸਪ੍ਰਿਤ ਇਹ ਪੂਰੀ ਵੀਡੀਓ ਜਿਹੜੀ ਤੁਸੀਂ ਹੁਣ ਦੇਖੀਏ ਸ਼ੂਟ ਕੀਤੀ ਅਮਿਤ ਨੇ ਮਾਈ ਪੰਜਾਬੀ ਟੀਵੀ ਦੇ ਲਈ ਮੈਂ ਸ਼ਿਖਾ ਸੰਧੀ